超快配音的对。哎，我是不，那就太这个了。哎呀，这卡太可能了。你觉得要卡了，要把那些果冻，要卡的功夫是有点难的。还是不合理。这样子呢？大家可以。ਸਤਨਾ ਅਰੜੇ ਨੇ ਇੰਨੇ ਕੁ ਚੱਕਰ ਆਤੀ ਜਦੋਂ ਸੁਬਾਹ ਸਾਨੂੰ ਮਿਲ ਜਾਂਦੇ ਨਾ ਤੇ ਨਜ਼ਾਰੇ ਆ ਜਾਣੇ ਇਹ ਜਿਹੜਾ ਹੁਣ ਹੋ ਗਿਆ ਕੰਪਲੀਟ ਤੇ ਤੁਹਾਨੂੰ ਸ਼ਾਮ ਦਾ ਵਿਊ ਹੁੰਦਾ ਅਸਲਾਮ ਅਲੈਕੁਮ ਵੈਲਕਮ ਟੂ ਅਨਦਰ ਵਲੌਗ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੇ ਖੈਰ ਖਰੀਏ ਨਾ ਹੋਵੋਗੇ ਕੰਮ ਇੱਕ ਮਿਲ ਗਿਆ ਸਾਨੂੰ ਅਰਬਾਬ ਮਲਵਾਰੀ ਹੈ दूसरा जरबाब ओ मलवारी है अगर ओ सामने मोबाइल इस्तेमाल करो ना तो गुस्सा कर जाते टैंकी आला रूम है ਇੱਥੇ ਜਿਹੜਾ ਆ ਉਹ ਸਾਹਮਣੇ ਚੱਲਣ ਦਿਆ ਤੇ ਉੱਥੇ ਬੈਠਾ ਹੁਣ ਸਾਹ ਲੈਣ ਆ 5 ਮਿੰਟ ਆਏ ਹਾਏ 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 20 ਤੋੜੇ ਹਰੇ ਦੇ ਆ ਤੇ 20 ਤੋੜੇ ਜਿਹੜੇ ਬਜਰੀ ਦੇ ਨੇ ਤੇ 6 ਗੱਟੂ 50-50 ਕਿਲੋ ਵਾਲੇ ਉਹ ਵਜ਼ਨੀ ਨੇ ਉਹ ਨੇ ਸੀਮਰ ਦੇ ਫਿਰ ਹੁਣ ਆਪਾਂ ਕੰਮ ਕਰ ਲਈਏ ਵੈਲਡਿੰਗ ਦਾ ਕੰਮ ਜਿਹੜਾ ਉਹ ਹੁਣ ਘੱਟ ਵੱਧ ਹੀ ਹੋਏ ਆ ਇਹ ਕੰਮ ਵੇਖਣ ਨੂੰ ਤੁਹਾਨੂੰ ਜ਼ਿਆਦਾ ਮਿਲੇਗਾ ਉਹ ਭਾਈ ਭਾਈ ਮੁੱਤੇ ਸਹੀ ਕੰਮ ਦਾ ਕਰ ਹੈ ਨਹੀਂ ਸਹੀ ਕੰਮ ਸਿੱਧਾ ਕਰ ਸਿੱਧਾ ਕਰ हजे सिर्फ बारो लिया चुके दिखाने कि चुक लैके आने थोड़ा जोड़ा जाड़ दिते वेखो ਐ ਰੱਖਣ ਦੇ ਨੇ ਖਿੱਚ ਖਿੱਚ ਕੇ ਭਾਈ ਭਾਈ ਹੁਣੇ ਦਬਾਈ ਅਸੀਂ ਅੱਜ ਕੱਲ੍ਹ ਦਬਾਈ ਹੁੰਦੇ ਆ ਅੱਛਾ ਜੀ ਕਿੰਨਾ ਨੂੰ ਚਾਹ ਨਾ ਆਇਓ ਤੁਹਾਡਾ ਵੀ ਚਾਹ ਲਾਈਏ ਕੀ ਕਰਨ ਦਾ ਜੀ ਮੈਂ ਕਿਹਾ ਹੈ ਵੈਲਡਿੰਗ ਦਾ ਕੰਮ ਅਸੀਂ ਕਰਦੇ ਆ आहो भरावा सच्ची गल ऑलराउंडर बने जेड़ा काम आंदा ओही करी जाने मजबूरी है हुण कम्मां दे हालात थोड़े खराब होए ने लेकिन बाकी तां नहीं समझ जानी है कहिंदे नहीं पता नहीं झूठ बोलते हम इतना टाइम लैप तो लाने बोरा चुकते हैं आ रिश्तेदार खास तौर पर स्कूल है भरावो स्कूल लगे हैं सामने सारा माहौल है विले अरबिया के भरावो दुबई है असि हथाने इस गल मोबाइल जरा लाग लगा तो बैग का वीडियो चालू आ ਤੇ ਮੈਂ ਵੀਡੀਓ ਬਣਾਉਣ ਲੱਗ ਪਿਆ ਤੇ ਇਹ ਵੇਖੋ ਧੁੱਪ ਕੜਕਣ ਦਈ ਆ ਉੱਤੇ ਫੁੱਲ ਤੇ ਧੁੱਪੇ ਲੱਗੇ ਆ ਆ ਜਿਹੜੇ ਕਹਿੰਦੇ ਆ ਨਾ ਪਤਾ ਨਹੀਂ ਕਿੰਨੀ ਕੁ ਜੈਸੀ ਮਾਰਾਂ ਦੇ ਆ ਪੈਂਟਾਂ ਛੈਂਟਾਂ ਪਾਈਆਂ ਸਿਰਫ ਤਾਂ ਚੰਗੇ ਲੱਗਦੇ ਆ ਤੇ ਬਾਕੀ ਆ ਜਿੰਨੀਆਂ ਵੀ ਬਿਲਡਿੰਗਾਂ ਹਜੇ ਤੱਕ ਲੇਟ ਕੋਲੋਂ ਜਾ ਕੇ ਨਹੀਂ ਵੇਖੀਆਂ ਹੈਗੀਆਂ ਤੇ ਸਿਰਫ ਇੰਨੀ ਇੰਨੇ ਇੰਨੇ ਫਾਸਲੇ ਤੋਂ ਦੂਰੋਂ ਹੀ ਚੰਗੀਆਂ ਲੱਗਦੀਆਂ ਤੇ ਇਹ ਸਿਰਫ ਜਿਹੜੀਆਂ ਨਾ ਇਹ ਕੀੜਾ ਜਿਹੜਾ ਨਾ ਸਿਰਫ ਵੀਡੀਓ ਦੇ ਵਿੱਚ ਚੰਗਾ ਲੱਗਦਾ ये मेरा भरा इत पाकिस्तान लगे रहो कोई काम कुम कर लो पसीने च आए बंद कर दे कैमरा रख दे इतने टाइम लैप तो लगना नहीं अगर मैं लाने लगा थी मैं जगह नहीं कित ली तो मोबाइल जरा बंद करके रख दें तोड़े चाड़ लीए अज दिहाड़ी दे पूरी सारी दिहाड़ी बस तोड़े ही चाड़ने सीमेंट का कट्टू जो चुक सीमेंट से रंबल से भरावा सार नहीं लेते अजे तक ਉਹ ਕੰਮ ਨਹੀਂ ਆ ਰਿਹਾ ਕੰਮ ਨਹੀਂ ਆ ਰਿਹਾ
ਉਹ ਸਾਰੇ ਚਾੜ ਦਿੱਤੇ ਆ ਤੇ ਇਹ ਪਿੱਛੇ ਪਏ ਨੇ ਇਹ ਪਏ ਨੇ ਬਜਰੀ ਦੇ ਘੱਟੂ ਤੇ ਸੀਮਟ ਦੇ ਛੇ ਸੀਮਟ ਤੇ ਥੱਲੇ ਰੱਖ ਜਾਣਾ ਬਜਰੀ ਉੱਤੇ ਚਾੜਨੇ ਹੁਣ ਇਹ ਵੀ ਜਾਨ ਅਜ਼ਾਬ ਦਿਖਾਉਂਦੇ ਸੀ ਇਹ ਵੀ ਹੁਣ ਚਾੜਦੇ ਤੇ ਹੁਣ ਹੋ ਗਿਆ ਰੋਟੀ ਦਾ ਟਾਈਮ ਤੇ ਰੋਟੀ ਖਾਣ ਚੱਲੇ ਆ ਇਹ ਉਹ ਸਕੂਲ ਆ ਜਿੱਥੇ ਅਸੀਂ ਲੱਗੇ ਹਾਂ ਇਹ ਬੜਾ ਤੇ ਛੱਤ ਚੜਾਉਂਦੇ ਹਾਂ ਉੱਥੋਂ A few moments later. जीप खड़ी है तकरीबन टोटली जिन्ना भी है जिन्ना भी है ना टोटल जरा अरबी एरिया है अरबी विले ਹੁਣ ਚੱਲੀਏ ਜਾ ਕੇ ਜਾਂ ਰੈਸਟ ਕਰਦੇ ਹਾਂ ਲੰਮੇ ਪੈਂਦੇ ਲੱਗ ਪੈਦਾ ਕਰਕੇ ਅਤੇ ਮੁੜ ਕੇ ਜਿਹੜਾ ਆ ਫਿਰ ਉਹ ਬਜਰੀ ਚਾੜਨ ਵਾਲੀ ਉਹ ਵੀ ਚਾੜ ਜਾਏ ਤਾਂ ਸੀਮਟ ਜਿਹੜਾ ਉਹਨੂੰ ਅੰਦਰ ਰੱਖੀਏ ਇੱਥੇ ਛੱਤ 'ਤੇ ਚੜ ਕੇ ਇੱਥੇ ਅਸੀਂ ਖਲੋ ਕੇ ਮਾਲ ਖਿੱਚਦੇ ਹਾਂ ਉੱਤੇ ਵੇਖੋ ਪਾਰਕ ਪੂਰਕ ਬਣੇ ਆ ਕਿੱਡਾ ਵੀ ਆਈ ਪੀ ਮਾਹੌਲ ਬਣਾਇਆ ਹੈ ਆ ਜੀ ਦੁਬਈ ਹੈ ਪਾਣੀ ਵੀ ਦੇਖ ਲਓ ਕਸਮੇ ਅੱਲਾ ਜੀ ਕਹਿੰਦੇ ਦੁਬਈ ਜਾਣਾ ਅਸੀਂ ਹੈ ਸਾਹਮਣੇ ਸਕੂਲ ਸਕੂਲ ਦੇ ਵਿੱਚ ਸਾਡੀ ਇੰਟਰੀ ਨਹੀਂ ਹੈ ਕਿਉਂਕਿ ਕੰਮ ਕਰਦੇ ਹਾਂ ਅਸੀਂ ਇੱਥੇ ਅਸੀਂ ਬਾਹਰੋਂ ਭਰ ਆਉਂਦੇ ਹਾਂ ਗਲੀ ਦੇ ਵਿੱਚ ਲੱਗਾ ਰੋਟੀ ਰੋਟੀ ਖਾ ਕੇ ਤਾਂ ਝੱਟ ਫੋਨ ਕਰਨ ਲੱਗਿਆ ਰਿਹਾ ਸਲਮਾਂ ਪੈ ਤੁਹਾਨੂੰ ਵੱਧ ਨਹੀਂ ਕੰਮ ਕਦੇ ਨਹੀਂ ਹੈਗਾ ਕੀਤਾ ਤਾਂ ਹੁਣ ਨਾ ਬਸ ਹੋ ਗਈ ਹੈ ਤਾਂ ਮੇਰਾ ਆ ਪਿਆ ਆ ਜੀ ਸਜਾਵਟ ਹੋਈ ਨਹੀਂ ਝੱਟ ਰੈਸਟ ਕਰਕੇ ਮੁੜ ਕੇ ਯਾਰ ਚੜ੍ਹਾਈ ਉਹ ਵੀ ਤਾਂ ਫਿਰ ਛੁੱਟੀ ਹੋਣੀ ਹੈ ਬੜਾ ਔਖਾ ਕੰਮ ਅੱਛਾ ਤੈਸ ਤਰੂਸ ਕਰਕੇ ਆ ਗਏ ਤੇ ਹੁਣ ਜਿਹੜਾ ਨਾ ਅਜ਼ਾਬ ਹੀ ਦਿਸਣ ਦੇ ਆ ਜਿਹੜਾ ਆਸਮਾਨ ਆਸਮਾਨ ਜਿਹੜਾ ਨਾ ਇਹ ਹੁਣ ਅਜ਼ਾਬ ਦਿਸਣ ਦੇ ਆ ਸਕੂਲ ਆ ਨਾ ਗੋਰੀਆਂ ਜਾਣ ਦੀਆਂ ਤੇ ਸਰ ਮੇਰਾ ਵੇਖਣ ਦਿਆ ਹੈ ਟਰਾਲੀ ਲੈ ਕੇ ਉਹਨੇ ਸੌਖੇ ਰਹਾਂਗੇ ਆਹ ਵੇਖੋ ਕਿੱਡਾ ਵੀ ਆਈ ਪੀ ਮਾਹੌਲ ਹੈ ਇਧਰਲੀ ਸਾਈਡ ਦਾ ਜਿਹੜਾ ਹੈ ਨਾ ਬੱਚਿਆਂ ਲਈ ਪਾਰਕ ਦਾ ਮਾਹੌਲ ਹੈ ਸਾਰਾ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਸਿਕਿਉਰਿਟੀ ਵਾਲੇ ਨੇ ਕਹਿੰਦਾ ਉੱਧਰ ਨਹੀਂ ਜਾਣਾ ਤੁਸੀਂ ਪਰ ਮੈਂ ਵੀਡੀਓ 'ਤੇ ਤੁਹਾਨੂੰ ਤਾਂ ਚੈੱਕ ਕਰਾ ਦਿੰਦਾ 5 ਸਾਲ ਤੋਂ ਥੱਲੇ ਜਿਹੜੇ ਬੱਚੇ ਆ ਨਾ ਇੱਥੇ ਪੜ੍ਹਨ ਆਉਂਦੇ ਆ ਛੋਟਾ ਸਕੂਲ ਆ ਯਾਨੀ ਕਿ ਬੱਚਿਆਂ ਵਾਲਾ ਇੱਧਰ ਨੂੰ ਜਾ ਕੇ ਅੱਗੇ ਕੈਮਰਾ ਲੱਗਿਆ ਅਤੇ ਇੱਧਰ ਪਿਆ ਆ ਸੀਮਟ ਉੱਥੋਂ ਚੁੱਕਦੇ ਹਾਂ ਅੰਦਰ ਰੱਖਦੇ ਹਾਂ ਫਿਰ ਉੱਤੇ ਚਾੜ ਕੇ ਆਉਂਦੇ ਹਾਂ ਛੱਤ 'ਤੇ ਅਤੇ ਸਵੇਰੇ ਉੱਥੇ ਕੰਮ ਕਰਨਾ ਉਹ ਪਿਆ ਸਰ ਮੇਰਾ ਸਵੇਰ ਗਿਆ ਸਪੈਸ਼ਲ ਉੱਤੋਂ ਆਹ ਲਈ ਰੇਹੜੀ ਲੈ ਕੇ ਆਇਆ ਅਸੀਂ ਕਸਮ ਸਵੇਰ ਦੇ ਇੱਥੋਂ ਦਲੀਲ ਹੋ ਗਏ ਇੱਥੋਂ ਰੰਬਲ ਦੇ ਬੋਰੇ ਚੁੱਕ ਕੇ ਖੜੇ ਆ ਅਤੇ ਸਲੂਟ ਆ ਸਾਹ ਜੀ ਤੁਹਾਨੂੰ ਅਤੇ ਉੱਥੇ ਦਲੀਲ ਹੋ ਗਏ ਅਸੀਂ ਵੀਡੀਓ ਬਣਾਈ ਮੇਰੀ ਬੜੀ ਟੈਨਸ਼ਨ ਹੈ ਇੱਕ ਆ ਸਾਨੂੰ ਬੜੀ ਟੈਨਸ਼ਨ ਹੁੰਦੀ ਜਦੋਂ ਕੋਈ ਬੰਦਾ ਸਾਨੂੰ ਦੇਖ ਲੈਂਦਾ ਸਾਡੀ ਮਜਬੂਰੀ ਬਣ ਜਾਂਦੀ ਕੈਮਰਾ ਬੰਦ ਕਰਨਾ ਕਿਉਂਕਿ ਸ਼ਿਕਾਇਤ ਲਾ ਸਕਦੇ ਆ ਅਤੇ ਹੁਣ ਸੀਮਟ ਬੜਾ ਸੌਖੇ ਤਰੀਕੇ ਨਾਲ ਹੀ ਆ ਗਿਆ ਸਾਡੇ ਕੋਲ ਇਹ ਲਾ ਕੇ ਹੁਣ ਇੱਥੇ ਰੱਖਦੇ ਹਾਂ ਕਸਮੇ ਸੁੱਖ 'ਚ ਰਹਿ ਗਏ ਪੂਰੀ ਦਿਹਾੜੀ ਅਸੀਂ ਦਲੀਲ ਹੋਏ ਹਾਂ ਜੇ ਸਾਨੂੰ ਪਤਾ ਹੁੰਦਾ ਵੀ ਇਹ ਟਰਾਲੀ ਜਿਹੜੀ ਹੈ ਮੇਲੇ ਇੱਥੇ ਪਈ ਹੈ ਅਤੇ ਅਸੀਂ ਸੁਬਹ ਹੀ ਜਿਹੜਾ ਆ ਬੰਦੋਬਸਤ ਕਰਕੇ ਤਾਂ ਲੈ ਆਉਣੀ ਸੀ ਅਸੀਂ ਏਡੀ ਦਲਾ ਲੈਣੀ ਸੀ ਹੁਣ ਜੋ ਹੁਣ ਅਸੀਂ ਹੋ ਗਿਆ ਹੁਣ ਸੀਮਟ ਇੱਥੋਂ ਚੁੱਕਦੇ ਹਾਂ ਅਤੇ ਉੱਥੇ ਲਾ ਕੇ ਰੱਖ ਕੇ ਅਤੇ ਫਿਰ ਉੱਤੇ ਖਿੱਚ ਕੇ ਸੀਮਟ ਤਾਂ ਥੱਲੇ ਰਹਿਣਾ ਹੈ ਬਾਕੀ ਬਜਰੀ ਉੱਤੇ ਚੜ੍ਹਾਉਣੀ ਆ ਉਹ ਵੀ ਚੜ੍ਹਾਉਂਦੇ ਹਾਂ ਅੱਜ ਲੱਕ ਥੋੜਾ ਜਿਹਾ ਬਿੰਗਾ ਹੁੰਦਾ ਹੋਰ ਤੇ ਸੌਖਾ ਥੋੜੇ ਜਿਹੇ ਰਹਿ ਗਏ ਰੇੜੀ ਨਾਲ ਕਸਮੇ ਆ ਰੇੜੀ ਨਾਲ ਇੰਨੀ ਕੁ ਚੱਕ ਕਰਾਤੀ ਜਦੋਂ ਸੁਬਾਹ ਸਾਨੂੰ ਮਿਲ ਜਾਂਦੀ ਨਾ ਤੇ ਨਜ਼ਾਰੇ ਆ ਜਾਣੇ ਸੀਗੇ ਹਾਏ 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 2000 ਇਅਰਸ ਲੇਟਰ ਅੱਜ ਆ ਗਿਆ ਜਿਹੜਾ ਤੀਸਰਾ ਦਿਨ ਤੇ ਤੀਸਰਾ ਦਿਨ ਹੈ ਅੱਜ ਤੇ
ਕੱਲ ਅਸੀਂ ਆਏ ਸੀਗਾ, ਮੇਰੀ ਤਬੀਅਤ ਥੋੜੀ ਜਿਹੀ ਨਾ ਖਰਾਬ ਹੋ ਗਈ ਸੀ ਵਜਨ ਚੱਕਣ ਤੋਂ, ਤੇ ਇਸ ਕਰਕੇ ਨਾ ਮੈਂ ਕੱਲ ਵੀ ਆਇਆ ਸੀਗਾ, ਲੇਕਿਨ ਅੱਜ ਜ਼ਿਆਦਾ ਖਰਾਬ ਹੈ, ਕੱਲ ਸਹੀ ਸੀ ਗੁਜ਼ਾਰਾ ਸੀ। ਤੇ ਕੱਲ ਆਏ ਸੀ ਅਸੀਂ ਤੇ ਇਹ ਲੱਕੜੀ ਦਾ ਜਿਹੜਾ ਨਾ ਫਰੇਮ ਜਿਹਾ ਬਣ ਗਿਆ ਸੀ ਸਾਈਡ 'ਤੇ, ਇਹਦੇ ਵਿੱਚ ਕੰਕਰੀਟ ਪਾਉਣੀ, ਅਤੇ ਅੱਜ ਆਏ ਹਾਂ ਅਤੇ ਸੁਬਹਾ ਸੁਬਹਾ ਦਾ ਟਾਈਮ ਸਰ ਜਾ ਲਿਆਂਦਾ, ਅਤੇ ਹੁਣ ਭਾਈ ਫਰੇਮ ਬੰਨਣ ਦੇ ਨੇ, ਮੈਂ ਆਹ ਪੀਸ ਬੰਨ ਲਏ ਆ, ਅਤੇ ਉਹ ਛੋਟਾ ਪੀਸ ਚਾਹੀਦਾ ਸੀਗਾ ਇੱਕ ਵਿੱਚ ਰੱਖਣ ਲਈ ਔਡਰ, ਅਤੇ ਉਹ ਭਾਈ ਲੈ ਕੇ ਆਏ ਨੇ ਹੁਣ ਆਲੇ, ਅਤੇ ਗੱਡੀ ਦੇ ਵਿੱਚ ਸੀ ਉਹ ਪਏ, ਅਤੇ ਉਹ ਹੁਣ ਪਾਉਂਦੇ ਹਾਂ, ਅਤੇ ਬੰਨ ਕੇ ਅਤੇ ਫਿਰ ਕੰਕਰੀਟ ਜਿਹੜਾ ਆ ਉੱਤੇ ਗੱਟੂ ਸ਼ਿਫਟ ਕੀਤੇ ਆ, ਪਾ ਕੇ ਵਿੱਚ ਪਾਈਏ ਅਤੇ ਫਿਰ ਕੰਮ ਮੁੱਕ ਜਾਏਗਾ। ਸੀਮੈਂਟ ਜਿਹੜਾ ਮਿਕਸ ਕਰਕੇ ਰੱਖਣਾ ਹੁਣ ਇੱਧਰ ਪਾਣੀ ਪਾਉਣਾ ਜਾ ਕੇ, ਅਤੇ ਪਾਣੀ ਪਾ ਕੇ ਅਤੇ ਉਹ ਘੋਲ ਵਿੱਚ ਪਾ ਲੈਣਾ, ਥੱਲੇ ਵੀ ਬੰਨੇ ਆ, ਸਾਰਾ ਕੁਛ ਹੋ ਗਿਆ, ਅਗਰ ਰੋਟੀ ਆ ਗਈ ਤਾਂ ਰੋਟੀ ਦਾ ਹੋ ਗਿਆ ਟਾਈਮ। ਅਤੇ ਇਹ ਆ ਬਿਜਲੀ ਵਾਲਾ ਰੂਮ ਹੈ, ਰੋਟੀ ਹੁਣ ਬਹਿ ਕੇ ਖਾਂਦੇ ਹਾਂ। ਇਹ ਸੇਵੀਆਂ ਮਿੱਠੀਆਂ ਸੇਵੀਆਂ ਨੇ, ਇਹ ਨਾਰੀਅਲ ਹੈ, ਸਿਰਕਾ ਅਤੇ ਦਹੀਂ ਸੀਗਾ, ਪਿਆਜ਼ ਮੈਂ ਨਹੀਂ ਖਾਂਦਾ, ਕੱਲ੍ਹ ਦਾ ਪਿਆਜ਼ ਖਾਧਾ ਗਲਾ ਖਰਾਬ ਹੋ ਗਿਆ, ਅਤੇ ਇਹ ਅਚਾਰ ਮਲਵਾਰੀਆਂ ਵਾਲਾ ਇਹ ਵੀ ਮੈਂ ਨਹੀਂ ਖਾਂਦਾ, ਅਤੇ ਇਹ ਜਿਹੜਾ ਪਾਪੜ ਨੇ ਇਹ ਵੇਖੋ ਪਾਪੜ, ਅਤੇ ਸਾਰਾ ਕੁਝ ਜਿਹੜਾ ਆ ਨਾਲ ਦਿੰਦੇ ਨੇ। ਅਤੇ ਹੁਣ ਰੋਟੀ ਖਾ ਲਈਏ, ਅਤੇ ਫਿਰ ਸੀਮੈਂਟ ਸੁਮੈਂਟ ਪਾ ਕੇ ਕੰਮ ਫਾਈਨਲ ਕਰੀਏ, ਟਾਈਮ ਜਿਹੜਾ ਉਹ ਵੀ ਇੱਕ ਦੇ ਕਰੀਬ ਹੋ ਚੁੱਕਾ ਤਕਰੀਬ। ਫਾਈਨਲੀ ਜਿਹੜਾ ਨਾ ਕੰਮ ਜਿਹੜਾ ਵਾਲਾ ਸਾਰਾ ਕੰਪਲੀਟ ਕਰ ਦਿੱਤਾ, ਹਾਲਤ ਵੇਖ ਲਓ ਤੁਸੀਂ ਸਾਡੇ ਆ ਮਸਜਿਦ ਦਾ ਨਾ ਜਮਾਤ ਹੋਣ ਦੀ। ਇਹ ਜਿਹੜਾ ਹੁਣ ਹੋ ਗਿਆ ਕੰਪਲੀਟ, ਤਾਂ ਤੁਹਾਨੂੰ ਸ਼ਾਮ ਦਾ ਵਿਊ ਹੁੰਦਾ ਕਿੱਡਾ ਪਿਆਰਾ। ਮਾਸ਼ਾਅੱਲਾ ਇਹ ਸੋਲਰ ਪਲੇਟਾਂ ਨੇ, ਇਹਨਾਂ ਦਾ ਇੱਥੇ ਪੈਨਲ ਆਉਣਾ, ਇਸ ਕਰਕੇ ਬਣਵਾਇਆ ਇਹਨਾਂ ਨੇ। ਛੁੱਟੀ ਦਾ ਟਾਈਮ ਹੋ ਗਿਆ, ਹੁਣ ਚੱਲਦੇ ਹਾਂ ਰੂਮ 'ਚ, ਉਹ ਵਾਧਾ ਦੇ ਹੁੰਦਾ ਇਹਨੇ ਸਮਾਨ ਲਾਉਣ ਲੱਗੇ ਨੇ ਥੱਲੇ, ਅਤੇ ਇਨਸ਼ਾਅੱਲਾ ਸਵੇਰੇ ਜਾਣਾ ਦੂਸਰੀ ਸਾਈਡ 'ਤੇ। ਇਹ ਸੀ ਮੇਰਾ ਅੱਜ ਦਾ ਵਲੌਗ, ਉਮੀਦ ਕਰਦਾ ਤੁਹਾਨੂੰ ਚੰਗਾ ਲੱਗਾ ਹੋਵੇਗਾ, ਚੰਗਾ ਲੱਗਿਆ ਹੋਵੇ ਤਾਂ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ, ਅਤੇ ਬੈਲ ਦੇ ਆਈਕੋਨ ਨੂੰ ਵੀ ਪ੍ਰੈਸ ਕਰ ਦਿਓ ਜੀ। ਅਤੇ ਹੁਣ ਚੱਲਦੇ ਹਾਂ, ਫਿਰ ਅਜ਼ਾਨ ਹੋ ਨਮਾਜ਼ ਹੋਣ ਲਈ ਸੀ, ਮਿਲੇ ਤਭੀ ਕਮੀ ਮੈਂ ਨਜ਼ਰੀਏ ਲੋਕੋ ਕੀ ਕਸਣੀ ਛੋੜੀ ਥੀ ਥੋੜੀ ਥੀ ਫਸਲ ਥੋੜੀ ਥੀ।